ਅਸਲਾਮੁਅਲੈਕੁਮ ਜੀ ਦੋਸਤੋ, ਗੱਲ ਹੈ ਕਿ ਮੈਂ ਸਾਖੀ ਦਾ ਸ਼ੌਕ ਵੇਖਣਾ ਅਤੇ ਸਫੈਦ ਕਬੂਤਰ ਕਾਫ਼ੀ ਲੋਕ ਪਸੰਦ ਕਰਦੇ ਨੇ। ਜੈਨੂਅਨ ਕਬੂਤਰ ਅੱਜ ਕੱਲ੍ਹ ਮਿਲਦੇ ਨਹੀਂ, ਬੜੇ ਪੁਰਾਣੇ ਹੋ ਗਏ, ਜਿਹੜੇ ਅੱਛੇ ਸਫੈਦ ਕਬੂਤਰ ਆ। ਲਓ ਜੀ, ਮੈਂ ਸਾਖੀ ਬਾਈ ਕੋਲ ਕਬੂਤਰ ਵੇਖਿਆ। ਸਾਖੀ ਬਾਈ ਨੇ ਬਲਕਿ ਮੈਨੂੰ ਇਹਨਾਂ ਦੇ ਬੱਚੇ ਮੇਰੇ ਕੋਲ ਬਹੁਤ ਅੱਛੇ ਉੱਡੇ, ਬਲਕਿ ਜਿਹੜਾ ਵਨਡੇ ਪਿਆਰਾ ਸਾ ਵਿਨ ਕੀਤਾ, ਦੋ ਬੱਚੇ ਇਹਨਾਂ ਦੇ ਵਿੱਚ ਆ। ਅਤੇ ਮੈਂ ਆਖਿਆ ਚਲ ਯਾਰ ਦੋਸਤਾਂ ਨੂੰ ਸ਼ੌਕ ਕਰਾ ਲਈ, ਸਾਖੀ ਗਿਆ ਬਾਈ ਅੱਗ ਦਾ ਸ਼ੌਕ ਕਰਵਾ। ਜ਼ੂਮ ਇਨ ਕਰ, ਇਹ ਬਹੁਤ ਪੁਰਾਣੇ ਕਬੂਤਰ ਆ ਜੀ, ਵੇਖੋ ਜੀ ਦੋਸਤੋ ਅੱਖ। ਪਰ ਵੱਡੀ ਗੱਲ ਇਹ ਕਿ ਇਹਨਾਂ ਕਬੂਤਰਾਂ ਦੇ ਜਿਹੜਾ ਵਜੂਦ ਹੈ ਨਾ, ਚਲੋ ਸ਼ਹਿਰੇ ਦਾ ਵਹਿ ਨਹੀਂ ਦਿਓ ਗੱਲ, ਪਰ ਚੈੱਕ ਕਰੋ ਜੀ ਇਹਨਾਂ ਕਬੂਤਰਾਂ ਦੇ ਪਰ ਚੈੱਕ ਕਰੋ, ਔਰ ਯਕੀਨ ਮੰਨ ਜਾਓ ਬਿਲਕੁਲ ਰੂਈ ਦੀ ਤਰ੍ਹਾਂ ਕਬੂਤਰ, ਜਿਸ ਤਰ੍ਹਾਂ ਸ਼ਾਇਦ ਰੂਹ ਹੁੰਦੀ ਹੈ ਨਾ, ਇਸ ਤਰ੍ਹਾਂ ਕਬੂਤਰ ਹੈ ਮਾਸ਼ਾ ਅੱਲਾ ਜੀ। ਇਹਨਾਂ ਦੇ ਪੰਜੇ ਜੇ ਕਾਲੇ ਸਫੈਦ ਮਿਕਸ, ਪੂਰਾ ਸ਼ੌਕ ਕਰਾਓ ਜੀ। ਆ ਰਿਹਾ ਜੀ? ਹਾਂਜੀ ਆ ਰਿਹਾ। ਇਹਨੂੰ ਚਾਰ ਪੰਜ ਕਾਲੇ ਖਲਾਲ ਨੇ ਜੀ, ਕਾਲੀ ਨੋਕ ਜੇ। ਦੂਸਰਾ ਬਾਈ ਉਹਦਾ, ਇਹ ਦੂਸਰਾ ਬਾਈ ਹੈ, ਬਹੁਤ ਮਜ਼ਾ ਆਇਆ ਯਾਰ ਸਰ। ਨੀਲੀ ਅੱਖ ਦੇ ਕਬੂਤਰ ਜੇ, ਪੁਰਾਣੀ ਨਸਲਾਂ, ਸਫੈਦ ਕਬੂਤਰ, ਔਰ ਮਾਸ਼ਾਅੱਲਾ ਇਸ ਕਬੂਤਰ ਦੇ ਅੱਖ ਵਿੱਚ ਉਹ ਕੁਆਲਿਟੀ ਨਜ਼ਰ ਆ ਰਹੀ ਹੈ ਕਿ ਜਿਹੜੇ ਰਾਤ ਦੇ ਆਦੀ ਕਰਨ ਵਾਸਤੇ ਸਿਰਫ 20% ਮਿਹਨਤ ਕਰਨੀ ਪੈਂਦੀ ਹੈ, 80% ਇਹ ਕਬੂਤਰ ਖੁਦ ਰਾਤ ਬਣਾਉਣ ਦੇ ਕਬੂਤਰ ਹੈ ਮਾਸ਼ਾਅੱਲਾ ਜੀ। ਔਰ ਵਜੂਦ ਵੇਖ ਲਓ, ਛੋਟੇ ਛੋਟੇ ਕਬੂਤਰ ਜੇ, ਬਹੁਤ ਵੈਸੇ ਜਿਸਾਵਾਂ ਤੁਹਾਨੂੰ ਟੈਡੀ ਜੇ ਤੂੰ ਤਾਂ ਫਿਰ ਤੁਹਾਡੇ ਸਾਹਮਣੇ ਹੀ ਹੈ। ਮਜ਼ਾ ਭਾਈ ਹੈ।